ਦੁਨੀਆ ਦੇ ਸਭ ਤੋਂ ਖਤਰਨਾਕ ਰੇਲਵੇ ਟਰੈਕ, ਖਿੜਕੀ ਤੋਂ ਬਾਹਰ ਦੇਖਦੇ ਹੀ ਕੰਮ ਜਾਵੇਗੀ ਰੂਹ। ਆਖਿਰ ਕੀ ਹੈ ਅਜਿਹਾ ਇਹਨਾਂ ਰੇਲਵੇ ਟਰੈਕਾਂ ਦੇ ਵਿੱਚ? ਰੇਲਵੇ ਟਰੈਕ ਤਾਂ ਤੁਸੀਂ ਬਹੁਤ ਦੇਖੇ ਹੋਣੇ, ਪਰ ਜੇ ਅਸੀਂ ਪਹਿਲਾਂ ਇੰਡੀਆ 'ਤੇ ਜਾਂ ਫਿਰ ਪੰਜਾਬ ਦੀ ਹੀ ਗੱਲ ਕਰ ਲਈਏ, ਬਹੁਤ ਸਾਰੇ ਰੇਲਵੇ ਟਰੈਕ ਇੱਥੇ ਅਜਿਹੇ ਨੇ ਜਿੱਥੇ ਜਦੋਂ ਅਸੀਂ ਲੰਘਦੇ ਹਾਂ ਤਾਂ ਲੰਘਦੇ ਵੜਦੇ ਹੀ ਹੱਥਾਂ 'ਚੋਂ ਮੋਬਾਈਲ ਫੋਨ ਖੋਹ ਲੈ ਜਾਂਦੇ ਨੇ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ, ਲੁੱਟਖੋਹ ਕੀਤੀ ਜਾਂਦੀ ਆ। ਪਰ ਨਾ, ਅੱਜ ਅਸੀਂ ਤੁਹਾਨੂੰ ਕਿਸੇ ਚੋਰੀ ਦੀ ਵਾਰਦਾਤ ਜਾਂ ਲੁੱਟਖੋਹ ਦੀ ਘਟਨਾ ਬਾਰੇ ਨਹੀਂ ਦੱਸਣ ਜਾ ਰਹੇ। ਅੱਜ ਅਸੀਂ ਤੁਹਾਨੂੰ ਉਹਨਾਂ ਖਤਰਨਾਕ ਰੇਲਵੇ ਟਰੈਕਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਆ, ਕਿਉਂਕਿ ਉਹ 9,000 ਫੁੱਟ ਦੀ ਉਚਾਈ 'ਤੇ ਬਣੇ ਹੋਏ ਨੇ ਅਤੇ ਕੋਈ ਘੱਟ ਉਚਾਈ 'ਤੇ ਬਣਿਆ ਹੋਇਆ, ਕੋਈ ਵੱਧ ਉਚਾਈ 'ਤੇ ਬਣਿਆ ਹੋਇਆ। ਪਰ ਇਹਨਾਂ ਰੇਲਵੇ ਟਰੈਕਾਂ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਡਰ ਜਾਓਗੇ, ਕਿਉਂਕਿ ਇਹਨਾਂ ਨੂੰ ਦੇਖ ਕੇ ਇਹ ਲੱਗਦਾ ਕਿ ਜਿਹੜੇ ਲੋਕ ਉੱਥੋਂ ਸਫ਼ਰ ਕਰਦੇ ਨੇ ਉਹ ਕਿਵੇਂ ਕਰਦੇ ਹੋਣਗੇ ਸਫ਼ਰ, ਕਿਉਂਕਿ ਸਵਾਲ ਇਹ ਖੜ੍ਹਾ ਹੁੰਦਾ ਆ ਜਦੋਂ ਉੱਥੋਂ ਦੀ ਟ੍ਰੇਨ ਲੰਘਦੀ ਆ ਤਾਂ ਅਸੀਂ ਖਿੜਕੀ ਵਿੱਚ ਦੀ ਜਦੋਂ ਬਾਹਰ ਦੇਖਦੇ ਹਾਂ ਤਾਂ ਦਿਲ ਨੂੰ ਡਰ ਲੱਗਦਾ ਆ ਕਿ ਇੰਨੇ ਖਤਰਨਾਕ ਰੇਲਵੇ ਟਰੈਕ ਕਿਵੇਂ ਲੋਕ ਸਫ਼ਰ ਕਰਦੇ ਹੋਣਗੇ। ਤਾਂ ਆਓ ਤੁਹਾਨੂੰ ਉਹਨਾਂ ਟਰੈਕਾਂ ਦੇ ਬਾਰੇ ਦੱਸਦੇ ਹਾਂ ਜਿਹੜੇ ਕਿ ਬੇਹੱਦ ਖਤਰਨਾਕ ਨੇ ਅਤੇ ਕਿੱਥੇ ਕਿੱਥੇ ਬਣੇ ਹੋਏ ਨੇ, ਇਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਚੇਨਈ ਤੋਂ ਰਾਮੇਸ਼ਵਰ ਰੂਟ ਭਾਰਤ ਚੇਨਈ ਅਤੇ ਰਾਮੇਸ਼ਵਰ ਨੂੰ ਜੋੜਨ ਵਾਲਾ ਚੇਨਈ ਰਾਮੇਸ਼ਵਰ ਰੇਲਵੇ ਟਰੈਕ ਦੁਨੀਆ ਦਾ ਸਭ ਤੋਂ ਖਤਰਨਾਕ ਰੇਲਵੇ ਟਰੈਕ ਮੰਨਿਆ ਜਾਂਦਾ, ਜੋ ਕਿ ਹਿੰਦ ਮਹਾਂਸਾਗਰ ਦੇ ਉੱਪਰ ਬਣਿਆ ਹੋਇਆ ਹੈ, ਜੋ ਕਿ 2.3 ਕਿਲੋਮੀਟਰ ਲੰਬਾ ਅਤੇ ਇਹ ਰੇਲਵੇ ਟਰੈਕ ਉਸ ਸਮੇਂ ਸਭ ਤੋਂ ਖਤਰਨਾਕ ਬਣ ਜਾਂਦਾ ਜਦੋਂ ਸਮੁੰਦਰ ਦਾ ਪੱਧਰ ਉੱਚਾ ਅਤੇ ਤੇਜ਼ ਲਹਿਰਾਂ ਰੇਲ ਗੱਡੀਆਂ ਦੀ ਆਵਾਜਾਈ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਨੇ। ਜੀ ਹਾਂ, ਤੁਸੀਂ ਇਸ ਰੇਲਵੇ ਟਰੈਕ ਨੂੰ ਦੇਖੋਗੇ ਤਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ। ਸਾਲਟਾ ਪੋਲ ਵੇਰੀਲੋ ਟਰੈਕ ਅਰਜਨਟੀਕਾ, ਸਾਲਟਾ ਤੋਂ ਚਿਲੀ ਪੋਲ ਵੇਰੀਲੋ ਨੂੰ ਜੋੜਨ ਵਾਲਾ ਇਹ 217 ਕਿਲੋਮੀਟਰ ਲੰਬਾ ਰੇਲ ਮਾਰਗ ਅਰਜਨਟੀਨਾ ਦੇ ਵਿੱਚ ਬਣਿਆ ਹੋਇਆ। ਜੀ ਹਾਂ, ਇਹ ਟਰੈਕ ਸਾਲ 1948 ਦੇ ਵਿੱਚ ਖੋਲ੍ਹਿਆ ਗਿਆ ਸੀ, ਜਿਸ ਦੀ ਉਸਾਰੀ ਦਾ ਕੰਮ 27 ਸਾਲ ਤੱਕ ਜਾਰੀ ਰਿਹਾ। ਇਹ ਰੇਲਵੇ ਟਰੈਕ 4200 ਦੀ ਉਚਾਈ 'ਤੇ ਸਥਿਤ ਹੈ। ਯਾਤਰਾ ਦੌਰਾਨ ਰੇਲ ਗੱਡੀ 29 ਪੁਲਾਂ 'ਤੇ 21 ਸੁਰੰਗਾਂ ਨੂੰ ਪਾਰ ਕਰਦੀ ਆ, ਜਿਸ ਕਾਰਨ ਇਹ ਯਾਤਰਾ ਖਤਰਨਾਕ ਵੀ ਹੋ ਸਕਦੀ ਆ। ਜੀ ਹਾਂ, ਦੱਸਦੀ ਕਿ ਇਹਨਾਂ ਰੇਲਵੇ ਟਰੈਕਾਂ ਨੂੰ ਦੇਖ ਕੇ ਇੱਕ ਵਾਰ ਤਾਂ ਮਨ ਦੇ ਅੰਦਰ ਬਹੁਤ ਘਬਰਾਹਟ ਹੁੰਦੀ ਆ ਅਤੇ ਰੂਹ ਵੀ ਕੰਬ ਜਾਂਦੀ ਆ। ਡੇਵਿਲਸ ਨੋਜ਼ ਇੱਕ ਵਾਰ ਡੋਰ ਅਤੇ ਡੇਵਿਲਸ ਨੋਜ਼ ਨੂੰ ਇੱਕ ਵਾਰ ਡੋਰ ਦੇ ਵਿੱਚ ਨਜ਼ਾਰੇ ਡੇਲ ਡਾਈਬਲੋ ਵਜੋਂ ਜਾਣਿਆ ਜਾਂਦਾ। ਇਹ ਟਰੈਕ ਸਮੁੰਦਰ ਤਲ ਤੋਂ 9,000 ਫੁੱਟ ਦੀ ਉਚਾਈ 'ਤੇ ਮੌਜੂਦ ਹੈ। ਇਸ ਟਰੈਕ ਨੂੰ ਦੁਨੀਆ ਦਾ ਤੀਜਾ ਸਭ ਤੋਂ ਖਤਰਨਾਕ ਟਰੈਕ ਮੰਨਿਆ ਜਾਂਦਾ, ਕਿਉਂਕਿ ਇਸ ਟਰੈਕ 'ਤੇ ਚੱਲਣ ਵਾਲੀ ਟ੍ਰੇਨ ਖਤਰਨਾਕ ਪਹਾੜੀ ਤੋਂ ਲੰਘਦੀ ਹੈ। ਜੀ ਹਾਂ, ਇੱਥੇ ਹੁਣ ਗੱਲ ਕਰ ਲੈਂਦੇ ਹਾਂ ਜਿਹੜੀ ਜਪਾਨ ਦੇ ਵਿੱਚ ਮਿਨਾਮੀ ਆਸੋ ਰੂਟ ਦੁਨੀਆ ਦੀ 4ਵੀਂ ਸਭ ਤੋਂ ਖਤਰਨਾਕ ਰੇਲਵੇ ਲਾਈਨਾਂ ਵਿੱਚੋਂ ਇੱਕ ਆ, ਜਿੱਥੇ ਕਿ 2016 ਦੇ ਵਿੱਚ ਕੁਮਾ ਮੋਟੋ ਵਿੱਚ ਆਏ ਭੂਚਾਲ ਦੇ ਵਿੱਚ ਟਰੈਕ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਸੀ। ਉਦੋਂ ਤੋਂ ਇਸ ਦੀ ਵਰਤੋਂ ਘੱਟ ਗਈ ਆ, ਪਰ ਜਦੋਂ ਵੀ ਕੋਈ ਰੇਲ ਗੱਡੀ ਇੱਥੋਂ ਲੰਘਦੀ ਹੈ ਤਾਂ ਉਸ ਵਿੱਚ ਬੈਠੇ ਮੁਸਾਫਰਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ, ਕਿਉਂਕਿ ਇਸਦੇ ਆਲੇ ਦੁਆਲੇ ਜਵਾਲਾਮੁਖੀ ਸਰਗਰਮੀ ਹੁੰਦੀ ਆ ਅਤੇ ਇਹ ਮਾਊਂਟ ਆਇਸੋ ਤੋਂ ਲੰਘਦੀ ਆ। ਜੀ ਹਾਂ, ਇਹਨਾਂ ਤਸਵੀਰਾਂ ਨੂੰ ਦੇਖ ਕੇ ਹੀ ਡਰ ਲੱਗਦਾ ਹੈ, ਫਿਰ ਜਿਹੜੇ ਲੋਕ ਉੱਥੋਂ ਲੰਘਦੇ ਨੇ, ਜਿਹੜੇ ਲੋਕ ਇਸ ਚੀਜ਼ਾਂ ਨੂੰ ਦੇਖਦੇ ਨੇ, ਉਹਨਾਂ ਦੇ ਅੰਦਰ ਕਿੰਨਾ ਡਰ ਹੋਵੇਗਾ। ਦੱਸਦੇ ਕਿ ਅਲਾਸਕਾ ਵਾਈਟ ਪਾਸ ਅਤੇ ਯੂਕੋਨ ਰੂਟ ਅਲਾਸਕਾ ਨੂੰ ਵਾਈਟ ਹੋਰਸ ਯੂਕੋਨ ਦੀ ਬੰਦਰਗਾਹ ਨਾਲ ਜੋੜਦਾ ਆ। ਯਾਤਰਾ ਦੌਰਾਨ ਰੇਲਗੱਡੀ 3,000 ਫੁੱਟ ਉੱਤੇ ਚੜ੍ਹਦੀ ਆ ਅਤੇ ਅਜਿਹੇ ਇਸ ਨੂੰ ਖਤਰਨਾਕ ਮੰਨਿਆ ਜਾਂਦਾ।
ਪਰ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਇਹ ਪਹਾੜੀ ਏਰੀਏ ਨੇ, ਉੱਚੇ ਏਰੀਏ ਨੇ, ਅਤੇ ਇਹਨਾਂ ਦੇ ਪੁਲ, ਇਹਨਾਂ ਦੇ ਨੀਚੇ ਬਣੇ ਸਾਗਰ ਜਾਂ ਅਸੀਂ ਕਹਿ ਸਕਦੇ ਹਾਂ ਨਦੀਆਂ, ਜਿਨ੍ਹਾਂ ਨੂੰ ਦੇਖ ਕੇ ਮਨ ਦੇ ਅੰਦਰ ਕੁਝ ਨਾ ਕੁਝ ਸਵਾਲ ਖੜ੍ਹੇ ਹੁੰਦੇ ਨੇ ਕਿ ਜੇਕਰ ਐਂ ਹੋ ਜਾਵੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਨੈਗਟਿਵ ਸਵਾਲ ਖੜ੍ਹੇ ਹੋ ਜਾਂਦੇ ਨੇ ਕਿ ਕਿਤੇ ਇੱਥੇ ਹਾਦਸਾ ਨਾ ਕੋਈ ਵਾਪਰ ਜਾਵੇ, ਕਿਤੇ ਸਾਨੂੰ ਕੁਝ ਹੋ ਨਾ ਜਾਵੇ, ਤਾਂ ਇਹਨਾਂ ਵੱਡੀਆਂ ਜਗ੍ਹਾ ਦੇ ਬਾਰੇ ਜੇਕਰ ਤੁਸੀਂ ਵੀ ਜਾਣਦੇ ਹੋ ਤਾਂ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ। ਵੀਰੋ ਰਿਪੋਰਟ, ਹਮਦਰਦ TV।